ਜਿਹੜਾ ਹਸਪੀਟਲ ਲੈ ਜਾਣ ਤੇ ਦੋਨੋਂ ਸ਼ਖਸਾਂ ਨੂੰ ਹਸਪੀਟਲ ਲਿਜਾਇਆ ਗਿਆ ਸੀ ਜਿਨ੍ਹਾਂ ਵਿੱਚੋਂ ਇੱਕ ਦੀ ਜਿਹੜੀ ਹੈਗੀ ਹੈ ਦਮ ਤੋੜ ਦਿੱਤਾ ਉੱਥੇ ਹਸਪੀਟਲ ਦੇ ਵਿੱਚ ਪਹੁੰਚ ਕੇ ਉਹਦੀ ਡੈਥ ਹੋ ਗਈ। ਹਾਂਜੀ ਇਹ ਦੋ ਇੰਸੀਡੈਂਟ ਅੱਜ ਦੇ, ਕੱਲ੍ਹ ਤਬਲਾ ਸੌਰ ਪੈਟਰੋਲ ਪੰਪ 'ਤੇ ਹੋਇਆ ਸੀ ਉਹਦੇ 'ਚ ਵੀ ਸਸਪੈਕਟਡ ਜਿਹੜੀ ਹੈਗੀ ਆ ਵਾਈਟ ਸਵਿਫਟ ਗੱਡੀ ਹੈਗੀ ਆ ਮੋਸਟ ਲਾਈਕਲੀ ਇਹੀ ਹੈ, ਬਾਕੀ ਹਾਲੇ ਤਾਂ ਤਫਤੀਸ਼ ਕਰਨੀ ਸੀ। ਅਸੀਂ ਪੁਲਿਸ ਹਮੇਸ਼ਾ ਆਪਣੇ ਮਸਤੈਦ ਹੈ ਜੀ, ਅਸੀਂ ਪਬਲਿਕ ਦੇ ਨਾਲ ਹੈ, ਜਾਨ ਅਤੇ ਮਾਲ ਦੀ ਹਿਫਾਜ਼ਤ ਕਰਨ ਵਾਸਤੇ ਪੁਲਿਸ ਦੀ ਪ੍ਰਾਇਮਰੀ ਡਿਊਟੀ ਹੈ, ਉਹਦੇ 'ਚ ਅਸੀਂ ਵਚਨਬੱਧ ਹਾਂ। ਤਸਵੀਰਾਂ ਤਰਨ ਤਾਰਨ ਦੇ ਪਿੰਡ ਕੋਟ ਧਰਮ ਚੰਦੀਆਂ ਨੇ ਜਿੱਥੇ ਗੱਡੀਆਂ 'ਤੇ ਪਏ ਇਹ ਨਿਸ਼ਾਨ ਗੋਲੀਆਂ ਦੇ ਦੱਸੇ ਜਾ ਰਹੇ ਨੇ। ਦੱਸਿਆ ਜਾ ਰਿਹਾ ਕਿ ਪੁਲਿਸ ਅਤੇ ਲੁਟੇਰਿਆਂ 'ਚ ਆਹਮੋ ਸਾਹਮਣੇ ਮੁਕਾਬਲਾ ਹੋਇਆ ਜਿਸ 'ਚ ਇੱਕ ਲੁਟੇਰੇ ਦੀ ਮੌਤ ਹੋ ਗਈ ਤਾਂ ਦੂਜਾ ਗੰਭੀਰ ਜ਼ਖਮੀ ਹੋਇਆ ਦੱਸਿਆ ਜਾ ਰਿਹਾ। ਮਾਮਲਾ ਤਰਨ ਤਾਰਨ ਇਲਾਕੇ 'ਚ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਪੈਟਰੋਲ ਪੰਪਾਂ 'ਤੇ ਹੋ ਰਹੀ ਲੁੱਟ ਦੀਆਂ ਵਾਰਦਾਤਾਂ ਦਾ ਸੀ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਸਕਰੀਨ 'ਤੇ ਵੀ ਦੇਖ ਸਕਦੇ ਹੋ ਕਿ ਗੱਡੀ 'ਚ ਆਏ ਬਦਮਾਸ਼ ਕਿਸ ਤਰ੍ਹਾਂ ਪੰਪ ਦੇ ਕਰਿੰਦਿਆਂ ਤੋਂ ਪੈਸਿਆਂ ਦੀ ਲੁੱਟ ਕਰਦੇ ਸੀ ਜਿੱਥੇ ਮੁਲਜ਼ਮ ਜੋਬਨਪ੍ਰੀਤ ਅਤੇ ਮਨਪ੍ਰੀਤ ਦਾ ਪਿੱਛਾ ਕਰਦੀ ਪੁਲਿਸ ਦੇ ਮੁਲਜ਼ਮਾਂ ਵੱਲੋਂ ਹੀ ਗੋਲੀ ਚਲਾ ਦਿੱਤੀ ਗਈ ਜਿਸ 'ਚ ਪੁਲਿਸ ਦੀ ਜਵਾਬੀ ਕਾਰਵਾਈ 'ਚ ਇੱਕ ਮੁਲਜ਼ਮ ਦੀ ਮੌਤ ਹੋ ਗਈ। ਸੰਬੰਧੀ ਤਰਨ ਤਾਰਨ ਦੇ SSP ਗੁਰਮੀਤ ਸਿੰਘ ਚੌਹਾਨ ਦਾ ਕਹਿਣਾ ਕਿ ਜ਼ਿਲ੍ਹੇ 'ਚ ਲਗਾਤਾਰ ਹੋ ਰਹੀਆਂ ਚੋਰੀਆਂ ਦੇ ਚੱਲਦੇ ਪੁਲਿਸ ਨੇ ਕਾਰਵਾਈ ਕੀਤੀ ਹੈ ਜਿਸ 'ਚ ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਪਿੰਡ ਕੋਟ ਧਰਮ ਚੰਦ ਨਜ਼ਦੀਕ ਪੁਲਿਸ 'ਤੇ ਹੀ ਗੋਲੀ ਚਲਾ ਦਿੱਤੀ ਜਿਸ 'ਚ ਪੁਲਿਸ ਦੀ ਜਵਾਬੀ ਕਾਰਵਾਈ 'ਚ ਮਨਪ੍ਰੀਤ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖਮੀ ਹੈ ਜੋ ਕਿ ਹਸਪਤਾਲ 'ਚ ਜ਼ੇਰੇ ਇਲਾਜ ਹੈ। ਜਿਹੜਾ ਹਸਪੀਟਲ ਲਿਜਾਣ 'ਤੇ ਦੋਨੋਂ ਸ਼ਖਸਾਂ ਨੂੰ ਹਸਪੀਟਲ ਲਿਜਾਇਆ ਗਿਆ ਸੀ ਜਿਨ੍ਹਾਂ ਵਿੱਚੋਂ ਇੱਕ ਦੀ ਜਿਹੜੀ ਹੈਗੀ ਹੈ ਦਮ ਤੋੜ ਦਿੱਤਾ ਉੱਥੇ ਹਸਪੀਟਲ ਦੇ ਵਿੱਚ ਪਹੁੰਚ ਕੇ ਉਹਦੀ ਡੈਥ ਹੋ ਗਈ। ਮਨਪ੍ਰੀਤ ਕਰਕੇ ਹੈਗਾ ਪੋਚੀਆਂ ਪਿੰਡ ਦਾ, ਮਨਪ੍ਰੀਤ ਮੰਨਾ ਕਰਕੇ। ਹਾਂਜੀ ਇਹ ਦੋ ਇੰਸੀਡੈਂਟ ਅੱਜ ਦੇ, ਕੱਲ੍ਹ ਤਬਲਾ ਸੌਰ ਪੈਟਰੋਲ ਪੰਪ 'ਤੇ ਹੋਇਆ ਸੀ ਉਹਦੇ 'ਚ ਵੀ ਸਸਪੈਕਟਡ ਜਿਹੜੀ ਹੈਗੀ ਆ ਵਾਈਟ ਸਵਿਫਟ ਗੱਡੀ ਹੈਗੀ ਆ ਮੋਸਟ ਲਾਈਕਲੀ ਇਹੀ ਹੈ, ਬਾਕੀ ਹਾਲੇ ਤਾਂ ਤਫਤੀਸ਼ ਕਰਨੀ ਸੀ ਅਤੇ ਬਟ ਅੱਜ ਵਾਲੀਆਂ ਤਾਂ ਜਿਹੜੇ ਹੈਗੇ ਨੇ ਕਲੀਅਰ ਇਹੀ ਨੇ, ਇਹਨਾਂ ਦੀ ਰਿਵੋਲ ਉਹੀ ਜਿਹੜਾ ਵੈਪਨ ਹੈਗਾ ਉਹਦੇ 'ਤੇ ਸੇਮ ਕੱਪੜੇ ਨੇ ਜਿਹੜੇ ਉਹਨੂੰ। ਅਸੀਂ ਪੁਲਿਸ ਹਮੇਸ਼ਾ ਆਪਣੇ ਮਸਤੈਦ ਹੈ ਜੀ, ਅਸੀਂ ਪਬਲਿਕ ਦੇ ਨਾਲ ਹੈ, ਜਾਨ ਅਤੇ ਮਾਲ ਦੀ ਹਿਫਾਜ਼ਤ ਕਰਨ ਵਾਸਤੇ ਪੁਲਿਸ ਦੀ ਪ੍ਰਾਇਮਰੀ ਡਿਊਟੀ ਹੈ, ਉਹਦੇ 'ਚ ਅਸੀਂ ਵਚਨਬੱਧ ਹੈ ਅਤੇ ਪੰਜਾਬ ਪੁਲਿਸ ਕਮਿਟਡ ਹੈ ਇਸ ਵਾਸਤੇ ਕਿ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖੀ ਜਾਵਾਂਗੇ। ਇਹੋ ਜਿਹੜੇ ਕੋਈ ਹਰਕਤ ਕ੍ਰਾਈਮ ਕ੍ਰਿਮੀਨਲ ਹੈਗੇ ਨੇ ਜੇ ਉਹ ਪੁਲਿਸ ਨੂੰ ਚੈਲੇਂਜ ਕਰਨਗੇ ਜਾਂ ਪੁਲਿਸ 'ਤੇ ਅਟੈਕ ਕਰਨਗੇ ਤਾਂ ਆਪਣੀ ਪੁਲਿਸ ਨੇ ਆਪਣੇ ਬਚਾਓ ਲਈ ਆਪਣਾ ਜਿਹੜਾ ਜਵਾਬੀ ਜੋ ਐਕਸ਼ਨ ਬਣਦਾ ਲੀਗਲ ਉਹ ਕਰਨਾ ਹੀ ਪੈਣਾ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਜ਼ਖਮੀ ਲੁਟੇਰੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਇਸ ਕਾਰਵਾਈ ਦੌਰਾਨ ਗਨੀਮਤ ਰਹੀ ਕਿ ਕੋਈ ਪੁਲਿਸ ਮੁਲਾਜ਼ਮ ਜ਼ਖਮੀ ਤਾਂ ਨਹੀਂ ਹੋਇਆ ਪਰ ਗੱਡੀ ਜ਼ਰੂਰ ਨੁਕਸਾਨੀ ਗਈ। ਇਸ ਦੇ ਨਾਲ ਹੀ ਹੋ ਸਕਦਾ ਹੈ ਕਿ ਪੁਲਿਸ ਦੀ ਕਾਰਵਾਈ ਦੇਖ ਕੇ ਤਰਨ ਤਾਰਨ 'ਚ ਲੁੱਟ ਦੀਆਂ ਵਾਰਦਾਤਾਂ 'ਤੇ ਕੁਝ ਲਗਾਮ ਜ਼ਰੂਰ ਲੱਗੇਗੀ। ਤਰਨ ਤਾਰਨ ਤੋਂ ਰਵੀ ਖਹਿਰਾ, ਪੰਜਾਬੀ ਲੋਕ ਚੈਨਲ।